ਫਾਜ਼ਿਲਕਾ ਦੇ ਪਿੰਡ ਸਜਰਾਣਾ ਤੋਂ ਅੱਜ ਤੜਕੇ 5 ਵਜੇ ਇੱਕ ਵਿਅਕਤੀ ਹੋਇਆ ਲਾਪਤਾ। ਪਰਿਵਾਰ ਵਾਲੇ ਕਰ ਰਹੇ ਹਨ ਤਲਾਸ਼, ਪੁਲਿਸ ਨੂੰ ਦਿੱਤੀ ਸੂਚਨਾ। ਫਾਜ਼ਿਲਕਾ ਦੇ ਪਿੰਡ ਸਜਰਾਣਾ ਤੋਂ ਇੱਕ ਵਿਅਕਤੀ ਸੰਦਿਗਧ ਪਰਿਸਥਿਤੀਆਂ ਦੇ ਵਿੱਚ ਗਾਇਬ ਹੋ ਗਿਆ, ਜਿਸ ਦਾ ਨਾਮ ਸੁਭਾਸ਼ ਚੰਦਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਸੁਭਾਸ਼ ਚੰਦਰ ਅੱਜ ਤੜਕੇ 5 ਵਜੇ ਬਾਹਰ ਹੋਣ ਦੇ ਲਈ ਗਿਆ ਸੀ, ਲੇਕਿਨ ਉਹ ਵਾਪਸ ਨਹੀਂ ਆਇਆ ਤਾਂ ਪਰਿਵਾਰ ਵਾਲੇ ਵੱਲੋਂ ਉਸ ਦੀ ਤਲਾਸ਼ ਸ਼ੁਰੂ ਕੀਤੀ ਗਈ ਅਤੇ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜਾ ਕੇ ਉਸ ਦੀ ਭਾਲ ਕੀਤੀ ਗਈ, ਲੇਕਿਨ ਸੁਭਾਸ਼ ਚੰਦਰ ਦੇ ਨਾਮ ਮਿਲਣ ਦੇ ਚਲਦਿਆਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਹਨਾਂ ਨੇ ਦੱਸਿਆ ਕਿ ਅੱਜ ਤੜਕੇ ਸੁਭਾਸ਼ ਚੰਦਰ ਅਚਾਨਕ ਗਾਇਬ ਹੋ ਗਿਆ, ਜਿਸ ਦੇ ਗਾਇਬ ਹੋਣ ਦੀ ਸੂਚਨਾ ਉਹਨਾਂ ਵੱਲੋਂ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਸੁਭਾਸ਼ ਚੰਦਰ ਬਾਰੇ ਕੋਈ ਪਤਾ ਲੱਗਦਾ ਤਾਂ ਉਹ ਨੇੜਲੇ ਥਾਣੇ ਦੇ ਵਿੱਚ ਇਸ ਦੀ ਸੂਚਨਾ ਦੇ ਸਕਦੇ ਹਨ। ਹਾਂਜੀ, ਕੀ ਨਾਮ ਹੈ ਤੁਹਾਡਾ? ਸੁਭਾਸ਼ ਚੰਦਰ ਜੀ। ਕਿੱਥੋਂ ਰਹਿਣ ਵਾਲੇ? ਮਾਧੋ ਨਗਰ, ਗਲੀ ਨੰਬਰ 1 ਜੀ। ਇਹ ਕਦੋਂ ਲਾਪਤਾ ਹੋਏ ਸੀ? ਕੀ ਨਾਮ ਹੈ ਤੇ ਕਿੱਥੋਂ ਦੇ ਰਹਿਣ ਵਾਲੇ? ਇਹ ਜੀ ਪਿੰਡ ਸਦਰਾਣਾ ਦੇ ਹੈਗਾ ਤੇ ਇਹ ਇਹਦਾ ਨਾਮ ਸੁਭਾਸ਼ ਚੰਦਰ ਹੈ ਜੀ। ਸਾਨੂੰ ਪਲਟਰੋਮ ਤੇ ਇਹ ਸਵੇਰੇ 5 ਵਜੇ ਬਾਹਰ ਆਉਣ ਗਿਆ ਸੀ, ਜਿਹਨੂੰ ਆਪਾਂ ਟੋਇਲਟ ਕਹਿੰਦੇ। ਇਹ ਉਸ ਤੋਂ ਬਾਅਦ ਇਹਦਾ ਕੋਈ ਪਤਾ ਨਹੀਂ ਲੱਗਿਆ ਜੀ। ਜਦੋਂ ਇਹਦਾ ਪਤਾ ਲੱਗਿਆ 8 ਵਜੇ ਲੱਗਿਆ। ਇਹਨਾਂ ਦੇ ਪ੍ਰਾਇਗੇ ਜਿਹੜੇ ਨਾਲ ਰਹਿੰਦੇ ਆ ਉਹਨਾਂ ਨੇ ਇਨਕੁਆਇਰੀ ਕੀਤੀ ਤੇ ਸਾਰੇ ਪਾਸੇ ਪਿੰਡਾਂ ਵਿੱਚ ਚਲੇ ਗਏ ਤੇ ਹੁਣ ਤੱਕ ਇਹ ਲਾਪਤਾ ਜੀ। ਕੋਈ ਸੁਰਾਗ ਨਹੀਂ ਮਿਲਿਆ ਕਿੱਥੇ? ਨਹੀਂ ਜੀ, ਨਹੀਂ। ਕਮਾਲ ਵਾਲੇ ਸਾਰੇ ਪਿੰਡਾਂ 'ਚ ਜਿਹੜੇ ਨੇੜੇ ਨਜ਼ਦੀਕ ਹੈਗੇ ਉਹ ਸਾਰੇ ਪਿੰਡਾਂ 'ਚ ਪਤਾ ਕਰ ਲਏ। ਪੁਲਿਸ ਨੂੰ ਸੂਚਨਾ ਦਿੱਤੀ? ਹਾਂਜੀ ਹਾਂਜੀ, ਪੁਲਿਸ ਨੂੰ ਆਪਾਂ FIR ਦਰਜ ਕਰਾਤੀ ਜੀ। ਹਾਂਜੀ, ਤੁਹਾਡਾ ਕੀ ਨਾਮ ਹੈ? ਸੰਤੋਸ਼ ਰਾਣੀ। ਤੁਹਾਡਾ ਕੀ ਲੱਗਦਾ? ਬਰਾ ਹੈ ਮੇਰਾ ਜੀ। ਕੀ ਪਹਿਚਾਣ ਹੈ ਦੀ? ਕੀ ਕੱਪੜੇ ਪਾਏ ਸੀ, ਕਿਹੜੇ ਰੰਗ ਦੇ? ਕੱਪੜੇ ਤਾਂ ਪਤਾ ਨਹੀਂ, ਮੈਂ ਤਾਂ ਆਪ ਅੱਜ ਹੀ ਗਈ ਸੀ ਜਦੋਂ ਪਤਾ ਲੱਗਿਆ। ਮੈਨੂੰ ਆਪ 8-9 ਵਜੇ ਪਤਾ ਲੱਗਿਆ ਸੀ ਜਦੋਂ ਗਈ ਹਾਂ। ਇਹਨਾਂ ਦੀ ਪਹਿਚਾਣ ਹੈ ਜਿਹੜੀ ਭਾਰਤ ਵਿੱਚ ਫੋਟੋ ਫੜੀ? ਇਹ ਬਸ ਸਿੱਧਾ ਜਾਈਏ ਹੋਏ, ਐਵੇਂ ਚੱਪਲਾਂ ਵਿੱਚ ਹੀ ਗਿਆ, ਬੂਟ ਵੀ ਨਹੀਂ ਪਾਏ ਹੋਏ। ਬਾਹਰ ਨੂੰ ਗਿਆ ਸੀ, ਬਾਹਰੋਂ ਵਾਪਸ ਹੀ ਨਹੀਂ ਆਇਆ। ਸਾਰੇ ਰਿਸ਼ਤੇਦਾਰਾਂ ਨੂੰ ਪਤਾ ਕਰ ਲਿਆ ਕਿਧਰੇ ਰਿਸ਼ਤੇਦਾਰ? ਹਾਂਜੀ ਹਾਂਜੀ, ਉਹ ਕਿਧਰੇ ਜਾ ਹੀ ਨਹੀਂ ਸਕਦਾ। ਉਹਨੂੰ ਇੱਥੇ ਵੀ ਲੈ ਕੇ ਆਉਂਦੇ ਸੀ, ਅਸੀਂ ਲੈ ਕੇ ਆਉਂਦੇ, ਛੱਡ ਕੇ ਵੀ ਆਉਂਦੇ। ਕੰਮ ਧੰਦਾ ਕੀ ਕਰਦਾ? ਕੰਮ ਉੱਥੇ ਗਊਸ਼ਾਲਾ ਰੋਡ ਉੱਥੇ ਲੱਗਿਆ, ਗਊਸ਼ਾਲਾ 'ਚ ਬੋਧੀ ਵਾਲੇ। ਬੋਧੀ ਵਾਲਾ ਪਿੱਥਾ? ਹਾਂਜੀ। ਕਦੇ ਲੱਗਦਾ ਕਦੇ ਨਹੀਂ ਲੱਗਦਾ ਜੀ, ਉਹ ਇਸ ਤਰ੍ਹਾਂ ਹੀ ਹੈਗਾ, ਮਾਨਸਿਕ ਦਿਮਾਗ ਤਾਂ ਹੈਗਾ ਜੀ ਥੋੜ੍ਹਾ। ਸਿੱਧਾ ਜਾ ਵੈਸੇ ਚਲਾ ਵੀ ਜਾਂਦਾ ਸੀ, ਆ ਵੀ ਜਾਂਦਾ ਸੀ ਵੈਸੇ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ? ਰਕੇਸ਼ ਕੁਮਾਰ ਜੀ। ਇਹ ਤੁਹਾਡੇ ਕੀ ਲੱਗਦੇ? ਮੇਰੇ ਮਾਮਾ ਜੀ ਲੱਗਦੇ ਸੀ ਜੀ। ਕਿਸ ਤਰ੍ਹਾਂ ਇਹ ਕਰੋਗੇ, ਕਿਵੇਂ ਗਏ, ਕੀ ਕਹਾਣੀ ਹੋਈ? ਇਹ ਜੀ ਸਵੇਰੇ ਨਾ 5-9 ਵਜੇ ਗਏ ਨੇ ਖੇਤਾਂ ਵਾਲੇ ਪਾਸੇ, ਵੀ ਸਵੇਰੇ ਸਵੇਰੇ ਪਿੰਡਾਂ 'ਚ ਜਿਵੇਂ ਜਾਂਦੇ ਨੇ ਆਮ ਜਾਂਦੇ ਨੇ। ਇਹ ਸਵੇਰੇ 5 ਵਜੇ ਦੇ ਗਏ ਹੋਏ ਨੇ ਅਤੇ ਇਹਨਾਂ ਨੂੰ ਲੱਭਦੇ ਰਹੇ, ਆਸੇ ਪਾਸੇ ਲੱਭਿਆ, ਨਹੀਂ ਮਿਲੇ। ਘੰਟੇ ਕੁ ਦੇਖਿਆ, ਘੰਟੇ ਡੇਢ ਘੰਟੇ ਬਾਅਦ ਵੀ ਆਏ ਨਹੀਂ ਵਾਪਸ। ਫਿਰ ਵੇਖਣ ਗਏ, ਕਿਧਰੇ ਵੇਖੇ ਨਹੀਂ। ਫਿਰ ਘਰ 'ਚ ਰੌਲਾ ਰੱਪਾ ਪਾਇਆ ਮਾੜਾ ਮੋਟਾ, ਵੀ ਜਿਹੜਾ ਬੁਲਾਇਆ ਆਸੇ ਪਾਸੇ ਵਾਲਿਆਂ ਨੂੰ ਵੀ। ਫਿਰ ਉਹ ਭਾਲ ਕਰਦੇ ਰਹੇ ਆਸੇ ਪਾਸੇ, ਤਾਂ ਹੁਣ ਤੱਕ ਭਾਲ ਚੱਲਦੀ ਪਈ ਹੈ ਉਹਦੀ, ਯਾਨੀ ਕਿ ਹਾਲੇ ਤੱਕ ਮਿਲਿਆ ਕੋ ਨਹੀਂ। ਵੀ ਜੇ ਕਿਆ ਮੀਡੀਆ ਰਾਹੀਂ ਜੀ ਉਹ ਕਹਿੰਦੇ ਹਾਂ ਵੀ ਜਿਹਨੂੰ ਕਿਸੇ ਨੂੰ ਬਈ ਮਿਲੇ ਤਾਂ ਸਾਨੂੰ ਇਸ ਨੰਬਰਾਂ 'ਤੇ ਫੋਨ ਕਰਿਆ ਜੀ, 9646-76-8564 'ਤੇ ਸੰਪਰਕ ਕਰੋ। ਦੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ। ਵਿਚਾਰਾ ਦਿਮਾਗੀ ਤੌਰ 'ਤੇ ਪਰੇਸ਼ਾਨ ਹੈਗਾ ਬੰਦਾ। ਧੰਨਵਾਦ। ਕੋਈ ਤੁਹਾਨੂੰ ਪਤਾ ਵੀ ਕੀ ਹੋਲੀਆ ਸੀ ਉਹਨਾਂ ਨੇ, ਕੀ ਕੱਪੜੇ ਪਾਏ ਹੋਏ ਸੀ ਉਸ ਟਾਈਮ? ਕੱਪੜੇ ਚੱਪਲਾਂ ਪਾਈਆਂ ਉਹਨੇ, ਕੁੜਤਾ ਪਜਾਮਾ ਪਾਇਆ ਹੈਗਾ ਜੀ, ਜ਼ਿਆਦਾ ਜ਼ਿਆਦਾ ਆਮ ਚਿੱਟਾ ਕੁੜਤਾ ਪਜਾਮਾ ਟਾਈਪ, ਫਿੱਕੇ ਜਿਹਾ ਰੰਗ ਜਿਹਾ ਕੁੜਤਾ ਪਜਾਮਾ ਪਾਇਆ ਹੈਗਾ, ਜਾਂ ਕੁੜਤੀ ਪਈ ਹੋਏਗੀ। ਥੋੜ੍ਹਾ ਜਵਾਨ ਤਾਂ ਅਕਲਾਉਂਦਾ ਜੀ, ਉਹ ਅਕਲਾਉਂਦਾ ਵੀ ਹੈ, ਦਿਮਾਗੀ ਤੌਰ 'ਤੇ ਥੋੜ੍ਹਾ ਜਿਹਾ ਸਿੱਧਾ ਵੀ ਹੈ, ਯਾਨੀ ਕਿ ਬੱਚਾ ਬੁੱਧੀ ਹੈਗੀ ਉਹਦੇ 'ਚ। ਨੰਬਰ 9646-76-8564, ਇਸ ਨੰਬਰ 'ਤੇ ਕੋਈ ਵੀ ਸਾਨੂੰ ਸੰਪਰਕ ਕਰ ਸਕਦਾ ਜੀ।